कब्रिस्तान पटाका छड़ के कहंदा मैं सारे मार दे इधर कब्रिस्तान जाता कब्र दी सिर आले पासे बड़ी पाई जाता पाई जाता मैं क्या की होया कहंदा मुर्दे दी सिर फुट गई साबन सिट जलेबी दुकान से जाता जाते जाते नाम भूल जाता उथे जाके कहना मिठे गुंजल दे दियो यूट्यूब खराब हो जाती है सैकल दुकान से जाके कहना चेक करके पेंचर से नहीं होगी ਇਹਦੇ ਵਰਗਾ ਪਹਿਲੀ ਵਾਰੀ ਫੇਸਬੁੱਕ ਬਣਾਉਂਦਾ ਨਾਲ ਹੀ ਮੈਸੇਜ ਆ ਜਾਂਦਾ ਤੇਰੀ ਫੇਸ ਤੇ ਵੀ ਲਾਣਾ ਤੇਰੀ ਬੁੱਕ ਤੇ ਵੀ ਲਾਣਾ ਐ ਦੁਬਈ ਜਾ ਕੇ ਚਿਚੜੇ ਖਾ ਰਿਹਾ ਹੁੰਦਾ ਮੈਂ ਪੁੱਛਿਆ ਚਿਚੜੇ ਕਿਉਂ ਖਾਣਾ ਪਿਆਂਦਾ ਮੈਂ ਕੁੱਤੇ ਦੇ ਵੀਜ਼ੇ ਤੇ ਆਇਆ ਨਾ ਇਹਦੇ ਵਰਗਾ ਪਹਿਲੀ ਵਾਰੀ ਮਕਾਨ ਬਣਾ ਰਿਹਾ ਹੁੰਦਾ ਮਿਸਤਰੀ ਪੁੱਛਦਾ ਵਿੰਡੋ ਕਿਹੜੀ ਲਾਵਾਂ ਕਹਿੰਦਾ ਵਿੰਡੋ 7 ਲਾ ਦੇ ਇਹਨੇ ਪੂਰੇ ਲੋਹਰ ਚ ਖਾ ਪਾਈ ਹੁੰਦੀ ਮੈਂ ਉੱਚਾ ਕੰਮ ਕਰਨਾ ਉੱਚਾ ਕੰਮ ਕਰਨਾ ਸੁਬਾਹ ਉੱਠ ਕੇ ਵੇਖੀਦਾ ਤੇ ਮਨਾਰੇ ਪਾਕਿਸਤਾਨ ਦੇ ਆਲੂ ਛੋਲੇ ਲਾਏ ਹੁੰਦੇ ਇਹਦੇ ਅਰਗੇ ਨੇ ਮਨਾਰੇ ਪਾਕਿਸਤਾਨ ਤੇ ਚੜ ਕੇ ਆਲੂ ਛੋਲੇ ਲਾਏ ਹੁੰਦੇ ਮੈਂ ਕਿਹਾ ਇੰਨੀ ਉੱਤੇ ਕਾਹ ਤੋਂ ਆਏ ਕਹਿੰਦਾ ਥੱਲੇ ਬੱਚੇ ਹੱਥ ਮਾਰ ਦੇ ਆਦੀ ਦਾਦੀ ਨੂੰ ਹਸਪੀਟਲ ਲੈ ਕੇ ਜਾਂਦਾ ਡਾਕਟਰ ਕਹਿੰਦਾ ਪੁੱਤਰ ਇਹਦੇ ਟੈਸਟ ਹੁੰਦੇ ਆਂਦਾ ਐਲ ਮੇਰੀ ਤੇ ਦਾਦੀ ਨਹੀਂ ਪੜੀ ਇਹਦੇ ਘਰ ਮੰਗਣ ਵਾਲਾ ਆਂਦਾ ਕਹਿੰਦਾ ਅੱਲਾ ਵਾਸਤੇ ਕੁਝ ਦੇ ਦਿਓ ਸਤਵੀਂ ਮੰਜ਼ਲ ਤੇ ਚੜਾ ਕੇ ਧੱਕਾ ਦੇ ਦਿੰਦਾ ਇਹਦੇ ਘਰ ਮੰਗਣ ਵਾਲਾ ਆਂਦਾ ਆਂਦਾ ਅੱਲਾ ਦੇ ਵਾਸਤੇ ਕੁਝ ਦੇ ਦੇ ਆਂਦਾ ਕੀ ਦਵਾਂ ਆਂਦਾ ਪੁਰਾਣੀ ਚੀਜ਼ ਦਾਦੀ ਚੱਕ ਕੇ ਦੇ ਦਿੰਦਾ ਇਹਦੇ ਘਰ ਮੰਗਣ ਵਾਲਾ ਆਂਦਾ ਕਹਿੰਦਾ ਅੱਲਾ ਵਾਸਤੇ ਕੁਝ ਦੇ ਦਿਓ ਸਾਈਕਲ ਉੱਤੇ ਬਿਠਾ ਕੇ ਝੂਟੇ ਦੇਣ ਲੱਗ ਪੈਂਦਾ ਆਂਦਾ ਮੂੰਹ ਵੇ ਜਿਵੇਂ ਰੱਸਾ ਪਾ ਕੇ ਤਸਵੀਰ ਖਿੱਚੀ ਹੁੰਦੀ ਏ ਇਹਦਾ ਮੂੰਹ ਵੇ ਜਿੱਦਾਂ ਚਾਪਾ ਚ ਤਰਲੇ ਪਏ ਸੁੱਤਾ ਪਿਆ ਉੱਠ ਕੇ ਕਹਿੰਦਾ ਅੱਬੂ ਮੇਰੀ ਲੱਤ ਸੌਂ ਗਈ ਅੱਬੂ ਕਹਿੰਦਾ ਪੁੱਤਰ ਚੁੱਕ ਕੇ ਮੇਰੇ ਨਾਲ ਪਾ ਦੇ ਆਪਕੀ ਬਖੂਰ ਤਾਲੀਆਂ ਹੋਣੀ ਚਾਹੀਏ ਬੱਚੋ ਕੀ ਹੌਸਲਾ ਅਫਜ਼ਾਈ ਹੋਗੀ ਮੈਂ ਉਲਟੀ ਕਰਦਾ ਇਹਦੇ ਰਗਾ ਕੇ ਕਹਿੰਦਾ ਸੈਰ ਸੈਰ ਤੇ ਹੋ ਜਾ ਆਲੂ ਆਲੂ ਮੇਰੇ ਡਾਕਟਰ ਨੂੰ ਜਾਂਦਾ ਡਾਕਟਰ ਨੂੰ ਕਹਿੰਦਾ ਡਾਕਟਰ ਮੈਨੂੰ ਲੂਜ਼ ਮੋਸ਼ਨ ਲੱਗਿਆ ਡਾਕਟਰ ਕਹਿੰਦਾ ਕਿੰਨੇ ਕਰਕੇ ਕਹਿੰਦਾ ਇੰਨੇ ਇਹਦੇ ਵਰਗਾ ਡਾਕਟਰ ਕੋਲ ਜਾਂਦਾ ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਨੂੰ ਟੀਵੀ ਹੈ ਡਾਕਟਰ ਕਹਿੰਦਾ ਮੇਰੇ ਕੋਲ ਐਲਸੀਡੀ ਹੈ ਆ ਗੁਜਰਾ ਘਰ ਜਾਂਦਾ ਕਹਿੰਦਾ ਮੈਂ ਬੜਾ ਹੀ ਨੱਚਿਆ ਬੜਾ ਹੀ ਨੱਚਿਆ ਬੜਾ ਹੀ ਨੱਚਿਆ ਆਂਦਾ ਮੈਂ ਰਾਤ ਨੂੰ ਕੁਛ ਕਿਹਾ ਰਾਤ ਨੂੰ ਕਿਹਾ ਮੈਨੂੰ ਕੁਛ ਦੋ ਸਾਈਕਲ ਤੇ ਬਾ ਕੇ ਝੂਟਾ ਦੇ ਦਿੱਤਾ ਉਹ ਮੇਰੇ ਨਾਲ ਇਤੋਂ ਵੀ ਮਾਰੀ ਹੋਈ ਮੈਂ ਰਾਈਆਂ ਘਰ ਗਿਆ ਮੈਂ ਰਾਤੀ ਬੜਾ ਹੀ ਨੱਚਿਆ ਬੜਾ ਹੀ ਨੱਚਿਆ ਮੈਂ ਉਹਨਾਂ ਨੂੰ ਕਿਹਾ ਮੈਨੂੰ ਕੁਛ ਖਾਣ ਨੂੰ ਦਿਓ ਰੋਟੀ ਤੇ ਗੰਡਾ ਰੱਖ ਕੇ ਦੇ ਦਿੱਤਾ ਯਾਰ ਮੈਂ ਕੱਲ ਬੜਾ ਹੀ ਮੰਮੀ ਡੈਡੀ ਬਣਿਆ ਸਾਂ ਉਹ ਕਿਦਾਂ ਅੰਮੀ ਦੀ ਕਮੀਜ਼ ਤੇ ਅੱਬੂ ਦੀ ਸ਼ਲਵਾਰ ਪਾਈ ਸੀ ਅੱਛਾ ਤਾਂ ਹੀ ਇਹਦਾ ਅਰਗਾ ਕੱਲ ਅੰਮੀ ਦੀ ਕਮੀਜ਼ ਤੇ ਅੱਬੂ ਦੀ ਸ਼ਲਵਾਰ ਪਾ ਕੇ ਕਹਿੰਦਾ ਮੈਨੂੰ ਮੰਮੀ ਡੈਡੀ ਕੋ ਤੇ ਫਿਰ ਮੈਂ ਕੀ ਕੀਤਾ ਮੈਂ ਅੱਗੇ ਅੰਮੀ ਪਿੱਛੇ ਦੇ ਮਾਰ